ਪ੍ਰੋਫੈਸਰ ਦਵਿੰਦਰਪਾਲ ਭੁੱਲਰ ਦੀ ਸਜ਼ਾ ਮੁਆਫੀ ਤੇ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਦੇ ਫੈਸਲੇ ਤੇ ਰੋਕ ਲਗਾ ਦਿੱਤੀ ਹੈ। ਇਸ ਸਬੰਧੀ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਇੱਕ ਨੋਟਿਸ ਵੀ ਜਾਰੀ ਕੀਤਾ। ਕੇਂਦਰ ਸਰਕਾਰ ਨੇ 550ਵੇਂ ਗੁਰਪੁਰਬ ਮੌਕੇ ਦਵਿੰਦਰਪਾਲ ਸਿੰਘ ਭੁੱਲਰ ਨੂੰ ਰਿਹਾ ਕਰਨ ਦਾ ਫੈਸਲਾ ਲਿਆ ਸੀ। ਇਸ ਫੈਸਲੇ ਖਿਲਾਫ ਐਂਟੀ ਟੈਰਰਿਸਟ ਫਰੰਟ ਦੇ ਚੇਅਰਮੈਨ ਮਨਿੰਦਰਜੀਤ ਸਿੰਘ ਬਿੱਟਾ ਨੇ ਅਦਾਲਤ ਵੱਲ ਰੁਖ ਕੀਤਾ ਸੀ। ਬਿੱਟਾ ਨੇ ਕੇਂਦਰ ਦੇ ਇਸ ਫੈਸਲੇ ਨੂੰ ਗੈਰ ਸੰਵਿਧਾਨਿਕ ਦੱਸਦਿਆਂ ਚੁਣੌਤੀ ਦਿੱਤੀ ਹੈ। ਹਾਈ ਕੋਰਟ ਦੇ ਇਸ ਫੈਸਲੇ ਦਾ ਜਿੱਥੇ ਮਨਿੰਦਰਜੀਤ ਸਿੰਘ ਬਿੱਟਾ ਨੇ ਸਵਾਗਤ ਕੀਤਾ, ਉੱਥੇ ਹੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਇਸ ਫੈਸਲੇ ਦਾ ਵਿਰੋਧ ਕੀਤਾ ਗਿਆ। DSGMC ਨੇ ਫੈਸਲੇ ਦਾ ਵਿਰੋਧ ਕਰਦੇ ਹੋਏ ਮਨਜਿੰਦਰ ਸਿੰਘ ਸਿਰਸਾ ਨੇ ਇਸ ਮਾਮਲੇ ਤੇ ਸੁਪਰੀਮ ਕੋਰਟ ਵਿੱਚ ਆਪਣਾ ਪੱਖ ਰੱਖਣ ਦੀ ਗੱਲ ਕਹੀ ਹੈ। ਅੱਜ ਸੁਪਰੀਮ ਕੋਰਟ ਵੱਲੋਂ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਜੋ ਰਿਹਾਈ ਦਾ ਕੇਂਦਰ ਸਰਕਾਰ ਵੱਲੋਂ ਪ੍ਰੋਸੈਸ ਚੱਲਦਾ ਪਿਆ ਸੀ ਉਸ 'ਤੇ ਰੋਕ ਲਗਾ ਦਿੱਤੀ ਗਈ। ਬੜੀ ਅਫਸੋਸਜਨਕ, ਬੜੀ ਦੁੱਖਦਾਈ ਖਬਰ ਆ। ਦਵਿੰਦਰਪਾਲ ਸਿੰਘ ਭੁੱਲਰ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦਾ ਅਧਾ ਸਮਾਂ ਜਿਹੜਾ ਜੇਲ੍ਹ ਅੰਦਰ ਕੱਟਿਆ ਔਰ 1993 ਬੰਬ ਕੇਸ ਅੰਦਰ ਜਿਹੜੀ ਉਹਨੂੰ ਸਜ਼ਾਏ ਮੌਤ ਹੋਈ ਸੀ ਉਸਨੂੰ ਉਮਰ ਕੈਦ 'ਚ ਤਬਦੀਲ ਕਰ ਦਿੱਤਾ ਗਿਆ ਸੀ, ਔਰ ਉਹਨਾਂ ਦੇ ਅੱਛੇ ਕਿਰਦਾਰ ਨੂੰ ਦੇਖ ਕੇ ਇਹ ਮਹਿਸੂਸ ਕਰਦੇ ਹੋਏ ਕਿ ਕਾਲੇ ਦੌਰ ਦੇ ਅੰਦਰ ਜੋ ਕੁਛ ਹੋਇਆ ਉਹ ਇੱਕ ਸਰਕਾਰਾਂ ਵੱਲੋਂ, ਏਜੰਸੀਆਂ ਵੱਲੋਂ ਕੀਤੀਆਂ ਹੋਈਆਂ ਸਾਜ਼ਿਸ਼ਾਂ ਦੇ ਤਹਿਤ ਹੋਇਆ ਸੀ। ਦਵਿੰਦਰਪਾਲ ਸਿੰਘ ਭੁੱਲਰ ਨੂੰ ਉਹਨਾਂ ਦੀ ਸਜ਼ਾਏ ਮੌਤ ਨੂੰ ਮਾਫ਼ ਕਰ ਦਿੱਤਾ ਗਿਆ ਸੀ। ਪਰ ਬੜੀ ਦੁੱਖ ਦੀ ਗੱਲ ਆ, ਮਨਿੰਦਰ ਸਿੰਘ ਬਿੱਟੇ ਵੱਲੋਂ ਸੁਪਰੀਮ ਕੋਰਟ 'ਚ ਰਿਟ ਫਾਈਲ ਕਰਕੇ ਅਤੇ ਦਵਿੰਦਰਪਾਲ ਸਿੰਘ ਭੁੱਲਰ ਜਿਹੜਾ ਬਾਹਰ ਜਾਣ ਦਾ ਰਸਤਾ ਸੀ ਉਹਨੂੰ ਰੋਕ ਲਾਈ ਗਈ ਆ। ਇਹ ਦੁੱਖ ਪੂਰੀ ਜਗਤ ਅੰਦਰ, ਪੂਰੀ ਦੁਨੀਆ ਦੇ ਅੰਦਰ ਆ। ਇੱਕ ਪਾਸੇ ਲੋਕ ਆਤੰਕਵਾਦ ਦਾ ਮੁਖਾਲਫਤ ਕਰਦੇ ਨੇ ਔਰ ਦੂਜੇ ਪਾਸੇ ਜਿਹੜੇ ਮੇਨ ਸਟ੍ਰੀਮ 'ਚ ਆਉਣਾ ਚਾਹੁੰਦੇ ਨੇ ਉਹਨਾਂ ਨੂੰ ਜੇਲ੍ਹਾਂ 'ਚ ਡੱਕਿਆ ਜਾਂਦਾ ਹੈ। ਤਾਂ ਜ਼ਿੰਦਗੀ ਜੇਲ੍ਹ ਅੰਦਰੋਂ ਦੀ ਨਿਕਲ ਚੁੱਕੀ ਆ। ਮਾਨਸਿਕ ਤੌਰ 'ਤੇ ਦਵਿੰਦਰਪਾਲ ਸਿੰਘ ਭੁੱਲਰ ਨੂੰ ਬੜਾ ਪ੍ਰਤੀੜਿਤ ਕੀਤਾ ਗਿਆ ਪਰ ਅੱਜ ਉਹਦਾ ਮਾਨਸਿਕ ਸੰਤੁਲਨ ਠੀਕ ਨਹੀਂ। ਇਸ ਦੇ ਬਾਵਜੂਦ ਜਿਹੜਾ ਅੱਜ ਮਨਿੰਦਰ ਸਿੰਘ ਬਿੱਟਾ ਨੇ ਇਹ ਕੇਸ ਪਾਇਆ ਹੈ, ਮੈਂ ਸਮਝਦਾ ਇਹ ਬੜਾ ਹੀ ਅਫਸੋਸਜਨਕ ਗੱਲ ਆ। ਅਸੀਂ ਇਸ ਦੀ ਅਪੀਲ ਫਾਈਲ ਕਰਾਂਗੇ। ਅਸੀਂ ਸੁਪਰੀਮ ਕੋਰਟ ਕੋਲ ਆਪਣਾ ਪੱਖ ਰੱਖਾਂਗੇ ਜਾ ਕੇ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਵੱਲੋਂ ਔਰ ਦੱਸਾਂਗੇ ਕਿ ਕਿਉਂ ਭੁੱਲਰ ਦੀ ਰਿਹਾਈ ਜ਼ਰੂਰੀ ਆ, ਕਿਉਂ ਭੁੱਲਰ ਜੋ ਕਾਲੇ ਦੌਰ ਅੰਦਰ ਏਜੰਸੀਆਂ ਦੀ ਮਾਰ ਝੇਲ ਰਿਹਾ ਸੀ, ਜੋ ਸਰਕਾਰਾਂ ਵੱਲੋਂ ਇੱਕ ਸਰਕਾਰੀ ਟੈਰਰਿਜ਼ਮ ਸੀਗਾ ਉਸ ਦੀ ਲੜਾਈ ਲੜ ਰਿਹਾ ਸੀਗਾ, ਉਸ ਦੇ ਖਿਲਾਫ ਲੜਾਈ ਲੜ ਰਿਹਾ ਸੀਗਾ, ਉਹ ਬੇਦੋਸ਼ੀ ਲੋਕ ਨੇ, ਬੇਗੁਨਾਹ ਲੋਕ ਨੇ ਔਰ ਉਹਨਾਂ ਨੂੰ ਅੱਜ ਤੱਕ ਪ੍ਰਤੀੜਿਤ ਕੀਤਾ ਜਾ ਰਿਹਾ। ਉਹਦੇ ਰਾਜ ਕੁਮਾਰ ਵੇਰਕਾ ਨੇ ਵੀ ਕੋਰਟ ਦੇ ਇਸ ਫੈਸਲੇ ਦਾ ਸਵਾਗਤ ਕੀਤਾ। ਦੇਖੀਏ, ਮੈਂ ਸਮਝਤਾ ਹੂੰ ਕਿ ਦੇਸ਼ ਕੇ ਅੰਦਰ ਦੇਸ਼ ਕਾ ਕਾਨੂੰਨ ਹੈ ਔਰ ਜਿਨ੍ਹੋਂਨੇ ਬਿੱਟਾ ਕੇ ਉੱਪਰ ਹਮਲਾ ਕੀਆ ਥਾ ਮੇਨ ਮੁੱਖ ਦੋਸ਼ੀ ਹੈ ਭੁੱਲਰ ਔਰ ਉਸਕੋ ਸੁਪਰੀਮ ਕੋਰਟ ਨੇ ਦੋਸ਼ੀ ਕਰਾਰ ਦਿਆ ਹੁਆ ਹੈ ਔਰ ਸਰਕਾਰ ਆਪਣੀ ਸਹੂਲਤ ਕੇ ਅਨੁਸਾਰ ਸਿਆਸੀ ਲਾਹਾ ਲੈਣੇ ਕੇ ਲੀਏ, ਸ਼ਾਇਦ ਸਿਆਸੀ ਫਾਇਦਾ ਲੈਣੇ ਕੇ ਲੀਏ, ਇਹ ਕਿਸੀ ਕੋ ਪਕੜ ਲਓ, ਕਿਸੀ ਕੋ ਛੋੜ ਦੋ, ਇਹ ਬਾਤ ਨਹੀਂ ਹੈ। ਮੈਂ ਸਮਝਤਾ ਹੂੰ ਦੇਸ਼ ਕੀ ਅਦਾਲਤੋਂ ਕੋ ਆਪਣਾ ਕੰਮ ਕਰਨੇ ਦੇਣਾ ਚਾਹੀਏ। ਆਜ ਸੁਪਰੀਮ ਕੋਰਟ ਨੇ ਉਸ ਪਰ ਸਟੇਅ ਕੀਆ ਹੈ ਔਰ ਮੈਂ ਸਮਝਤਾ ਹੂੰ ਕਿ ਕਾਨੂੰਨ ਆਪਣਾ ਜੋ ਕੰਮ ਕਰੇ ਉਸੀ ਕੋ ਕਰਨੇ ਦੇਣਾ ਚਾਹੀਏ। ਦੱਸ ਦਈਏ ਕਿ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਨੂੰ 11 ਸਤੰਬਰ 1993 ਨੂੰ ਕਾਂਗਰਸੀ ਆਗੂ ਮਨਿੰਦਰਜੀਤ ਸਿੰਘ ਬਿੱਟਾ ਦੇ ਉੱਪਰ ਬੰਬ ਧਮਾਕਾ ਕਰਨ ਦੇ ਦੋਸ਼ 'ਚ ਗ੍ਰਿਫਤਾਰ ਕੀਤਾ ਗਿਆ ਸੀ। ਇਸ ਹਮਲੇ 'ਚ 9 ਵਿਅਕਤੀ ਮਾਰੇ ਗਏ ਸਨ ਤੇ ਕਈ ਜ਼ਖਮੀ ਹੋਏ ਸਨ। ਅਦਾਲਤ ਵੱਲੋਂ 2001 ਵਿੱਚ ਉਹਨਾਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਸੀ, ਜਿਸ ਤੋਂ ਬਾਅਦ ਉਹਨਾਂ ਦੀ ਫਾਂਸੀ ਦੀ ਸਜ਼ਾ ਮਾਫ਼ ਕਰਾਉਣ ਲਈ ਕਈ ਸਿੱਖ ਸੰਗਠਨਾਂ ਸਮੇਤ ਸ਼੍ਰੋਮਣੀ ਅਕਾਲੀ ਦਲ ਵੱਲੋਂ ਵੀ ਸੁਪਰੀਮ ਕੋਰਟ ਵਿੱਚ ਅਪੀਲ ਦਾਇਰ ਕੀਤੀ ਗਈ ਸੀ ਤੇ ਉਹਨਾਂ ਦੀ ਖਰਾਬ ਹੁੰਦੀ ਸਿਹਤ ਨੂੰ ਧਿਆਨ ਵਿੱਚ ਰੱਖਦਿਆਂ ਸੁਪਰੀਮ ਕੋਰਟ ਨੇ 31 ਮਾਰਚ 2014 ਨੂੰ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ ਵਿੱਚ ਤਬਦੀਲ ਕਰ ਦਿੱਤਾ ਸੀ। ਬਿਊਰੋ ਰਿਪੋਰਟ, ਡੇਲੀ ਪੋਸਟ, ਪੰਜਾਬੀ।